हाँ जी भाई सत श्री अकाल, मैं थोड़ा अपना सिकंदर मान संगतपुरा। आपां पहुंचे हैं अज पिंड संगतपुरा जिथे कि एक वर्कशॉप है धन धन बाबा देव भारती जी मिस्त्री बाज सिंह बाज। आज आपां मिस्त्री नूं मिलते हैं, उन्होंने एक सैकल तैयार किया बैटरी से चलण वाला जिहड़ा कि 35 तो 40 किलोमीटर बैटरी से चल जाता है। आ जाओ आपां गलबात करते हैं। आ खड़ा अपना वीर बाज सिंह बाज मिस्त्री। सत श्री अकाल वीरे। सत श्री अकाल जी। होर की हाल चाल है? ठीक हो जी? हाँ ठीक ठाक वधिया जी। तुसीं एक सैकल तैयार किया ते उहदी आपां वीडियो बना के नैट ते पाउणी है। बना लो वीर। ते इहदे बारे आपां जानकारी लैणी है वी इहदे विच किहड़ी मोटर लगी है, किहड़ी बैटरी लगी है ते इहदा की सिस्टम है ते की खर्चा है इहदा जिहड़ी कि ਇਹ ਤਾਂ ਵੀ 250 ਵਾਟ ਦੀ ਮੋਟਰ ਯਾਨੀ 250, 350, 450 ਵਾਟ ਮੋਟਰਾਂ ਆਉਂਦੀਆਂ ਅੱਗੇ ਦੀ ਅੱਗੇ ਅਤੇ ਇਹਦੇ ਵਿੱਚ ਅਸੀਂ 250 ਵਾਟ ਦੀ ਮੋਟਰ ਵਰਤੀ ਆ। ਠੀਕ ਆ, ਬੈਟਰੀ ਇਹਦੇ ਵਿੱਚ 28 ਅੰਪੇਅਰ ਦੀ ਲਾਈ ਆ, 2 ਬੈਟਰੀਆਂ ਲੱਗੀਆਂ ਇਹਦੇ ਵਿੱਚ। ਕਈ ਵੀਰ ਹੁਣ ਕਹਿ ਦਿੰਦੇ ਆ ਵੀ ਅਸੀਂ ਕੰਪਿਊਟਰ ਵਾਲੀ ਬੈਟਰੀ ਲਾ ਕੇ ਚਲਾਇਆ, ਕਈ ਕਹਿੰਦੇ ਸਪਰੇਅ ਪੰਪ ਵਾਲੀ ਲਾ ਕੇ ਚਲਾਇਆ, ਪਰ ਨਹੀਂ ਵੀਰ ਗਲਤ ਕਹਿ ਰਹੇ ਆ। ਇਹਦੇ ਵਿੱਚ 28 ਅੰਪੇਅਰ ਦੀ ਜੋ ਇਲੈਕਟ੍ਰੀਕ ਸਕੂਟਰੀਆਂ ਆ ਰਹੀਆਂ ਉਹਨਾਂ ਦੀ ਬੈਟਰੀ ਵਰਤੀ ਜਾਂਦੀ ਆ। ਠੀਕ ਆ, ਜਿਹੜੀ ਆਹ ਮੋਟਰ ਲੱਗੀ ਹੈ ਜਿਹੜੀ ਹੁਣ ਮੋਟਰ ਚਲਾ ਰਹੀ ਹੈ ਸਾਈਕਲ ਨੂੰ, ਇਹ ਸਹੀ ਕਿੰਨੇ ਹਾਊਸ ਪਾਵਰ ਹੈ? ਇਹ 250 ਵਾਟ ਹੈ ਵੀਰੇ। ਜੇ 250 ਵਾਟ ਦੀ ਮੋਟਰ ਲਾਉਣੀ ਹੈ 70 ਤੋਂ 80 ਕਿਲੋ ਦੇ ਬੰਦੇ ਨੂੰ ਕਵਰ ਕਰਦੀ ਹੈ। ਠੀਕ ਆ, ਜੇ ਆਪਾਂ ਇੱਥੇ 350 ਵਾਟ ਮੋਟਰ ਲਾਉਂਦੇ ਹਾਂ ਤਾਂ ਉਹ 80 ਕਿਲੋ ਤੋਂ ਲੈ ਕੇ 1 ਕੁਇੰਟਲ 10-15-20 ਕਿਲੋ ਤੱਕ ਕਵਰ ਕਰਦੀ ਹੈ। ਜੇ ਆਪਾਂ ਇੱਥੇ 450 ਵਾਟ ਮੋਟਰ ਲਾਉਂਦੇ ਹਾਂ ਫਿਰ ਇਹ 1 ਕੁਇੰਟਲ 20 ਕਿਲੋ ਤੋਂ ਲੈ ਕੇ 150 ਕੁਇੰਟਲ ਤੱਕ ਜਿਹੜੀ ਆਰਾਮਦਾਰੀ ਨਾਲ ਲੈ ਜਾਂਦੀ। ਆਹ ਬੈਟਰੀ ਲੱਗੀ ਹੈ ਕਾਹਦੇ ਵਾਲੀ ਬੈਟਰੀ ਹੈ, ਇਹ ਕਿੰਨੇ ਹਾਊਸ ਪਾਵਰ ਹੈ ਇਹਦਾ ਕੋਈ? ਇਹ ਸਕੂਟਰੀ ਵਾਲੀ ਬੈਟਰੀ ਹੈ। ਅੱਛਾ, ਇਲੈਕਟ੍ਰਿਕ ਸਕੂਟਰੀਆਂ ਆਈਆਂ ਨਵੀਆਂ, 2 ਬੈਟਰੀਆਂ ਇਹਦੇ ਵਿੱਚ ਹੀ ਰੱਖੀਆਂ। ਠੀਕ ਹੈ ਠੀਕ ਹੈ। ਅਤੇ ਇਹਦੇ ਨਾਲ ਇਹ ਕਿੰਨੇ ਕਿਲੋਮੀਟਰ ਚੱਲੂਗਾ? ਇਹਦੇ ਨਾਲ ਵੀਰ 35 ਤੋਂ 40 ਕਿਲੋਮੀਟਰ ਚੱਲ ਜਾਂਦਾ ਹੈ। ਅੱਛਾ ਹਾਂਜੀ, 35 ਤੋਂ 40 ਕਿਲੋਮੀਟਰ ਵਾਟ ਚੱਲ ਜਾਂਦਾ। ਹਾਂਜੀ ਆਰਾਮਦਾਰੀ। मतलब बैटरी एयर खा के बैटरी का मतलब नाल जिहड़ी मोटर लगी हुई है कुल किन्ना खर्चा इहदे वास्ते? इह वीरे 6000 दीआं बैटरीआं, 1 साल की गरंटी है जी। जो मोटर आ ਇਹ ਇੱਕ ਔਨਲਾਈਨ ਮੰਗਵਾਈ ਜਾਂਦੀ ਹੈ। ਠੀਕ ਆ, ਕੁੱਲ ਮਿਲਾ ਕੇ ਇਹ 15,000 ਰੁਪਏ ਖਰਚਾ ਆ ਜਾਂਦਾ। ਹੁਣ ਕਈ ਵੀਰ ਕਹਿ ਦਿੰਦੇ ਆ 11,000 ਤੇ ਤਿਆਰ ਹੋ ਗਿਆ, 12,000 ਤੇ ਤਿਆਰ ਹੋ ਗਿਆ, ਪਰ ਨਹੀਂ ਵੀਰ ਗਲਤ ਹੈ। ਅੱਛਾ, ਉਹ ਸਹੀ ਸਪੀਡ ਨਹੀਂ ਦਿੰਦਾ, ਸਹੀ ਰਿਜ਼ਲਟ ਨਹੀਂ ਦੇ ਰਿਹਾ ਆਪਾਂ ਨੂੰ। ਠੀਕ ਹੈ, ਸਹੀ ਰਿਜ਼ਲਟ ਲੈਣਾ ਤਾਂ ਵੀਰ ਇਹਦੇ 28 ਅੰਪੀਅਰ ਦੀਆਂ 2 ਬੈਟਰੀਆਂ ਅਤੇ 250 ਵਾਟ ਦੀ ਮੋਟਰ ਲਾ ਕੇ 250 ਲਾ ਲਓ, 350 ਲਾ ਲਓ, 450 ਲਾ ਲਓ, ਉਹ ਤੁਹਾਡਾ ਆਪਣਾ। ਅੱਛਾ ਠੀਕ ਹੈ ਵੀਰ, ਉਹ ਲਾ ਸਕਦੇ ਹਾਂ। ਬਹੁਤ ਵਧੀਆ ਮੋਟਰ ਵੀ, ਭੋਰਾ ਆਵਾਜ਼ ਨਹੀਂ ਕਰਦੀ, ਇੱਕ ਸਾਰ ਚੱਲੀ ਜਾਂਦਾ ਚੱਕਾ। ਬਹੁਤ ਵਧੀਆ ਜੀ, ਬਹੁਤ ਵਧੀਆ। ਅਤੇ ਆਹ ਜਿਹੜਾ ਉੱਤੇ ਇਹਦੇ 1.5 ਮਹੀਨਾ ਹੋ ਗਿਆ ਵੀਰੇ ਇਸ ਨੂੰ ਬਣਾਏ। ਅੱਛਾ, ਅਸੀਂ ਪੂਰਾ ਯਾਨੀ ਪੰਜਾਬੀਆਂ ਦੇ ਕਹਿਣ ਨੂੰ ਜੋ ਕੇ ਦੇਖ ਲਿਆ ਪੂਰਾ। ਅੱਛਾ, ਵਧੀਆ ਰਿਜ਼ਲਟ ਹੈ। ਅੱਛਾ, ਪੂਰਾ ਵਧੀਆ ਰਿਜ਼ਲਟ। ਜਿਹੜੇ ਆਹ ਜਿਹੜੀਆਂ ਸੁੱਚਾਂ ਲਾ ਰੱਖੀਆਂ ਉੱਤੇ, ਲਾਈਟਾਂ ਲਾ ਰੱਖੀਆਂ, ਇਹਨਾਂ ਦਾ ਕੀ ਮਤਲਬ ਹੈ? ਇਹਦਾ ਵੀਰੇ ਬੈਟਰੀ ਦਾ ਯਾਨੀ ਚਾਰਜਿੰਗ ਦਾ ਪਤਾ ਲੱਗਦਾ। ਇਹ 5 ਇਹਦੇ ਉੱਤੇ ਜਗ ਰਹੀਆਂ ਲਾਈਟਾਂ, 5 ਲਾਈਟਾਂ ਇਸ ਕਰਕੇ ਜਗ ਰਹੀਆਂ, ਇਹ ਬੈਟਰੀ ਬਿਲਕੁਲ ਫੁੱਲ ਹੈ। ਅੱਛਾ, ਆ ਮੂਹਰੇ ਜਿਹੜੀ ਲਾਈਟ ਜਗਦੀ ਹੈ, ਜਗਦੀ ਰਾਤ ਨੂੰ? ਹਾਂ, ਇਹ ਲਾਈਟ ਪੂਰਾ ਜਾਨੀ ਚਾਨਣ ਕਰਦੀ ਹੈ, ਆਪਦਾ ਕਵਰਿੰਗ ਪੂਰੀ ਹੈ ਜੀ। ਅੱਛਾ, ਕਿੰਨੀ ਕੁ ਵਾਟ ਦੀ ਮਾਰ ਚਾਨਣ ਹੈਗਾ ਪੂਰਾ? ਹਾਂ ਵੀਰੇ, ਇਹਦੇ 10 ਤੋਂ 15 ਯਾਨੀ ਫੁੱਟ ਤੱਕ ਇਹਦੀ ਮਾਰ ਪੂਰੀ ਹੈ। ਮੰਨ ਕੇ ਚੱਲੋ ਵੀ 4 ਟੱਕ ਖਤਮ ਹੋਵੇ ਤਾਂ ਉਸ ਤੋਂ ਬਾਅਦ ਇਹ ਕਿੰਨੇ ਚਿਰ ਦੇ ਵਿੱਚ ਚਾਰਜ ਹੋਊਗੀ? ਇਹ 3 ਤੋਂ 4 ਘੰਟਿਆਂ ਦੇ ਵਿੱਚ ਫੁੱਲ ਚਾਰਜ ਹੋ ਜਾਂਦੀ। 3 ਤੋਂ 4 ਘੰਟੇ ਦੇ ਵਿੱਚ ਫੁੱਲ ਚਾਰਜ ਹੋਈ? ਹਾਂ, ਫੁੱਲ ਚਾਰਜ ਹੋ ਜਾਂਦੀ। ਜਿਵੇਂ ਜਿਵੇਂ ਬੈਟਰੀ ਡਾਊਨ ਹੁੰਦੀ ਜਾਊਗੀ ਉਵੇਂ ਉਵੇਂ ਜੋ ਲਾਈਟ ਹੈ ਇੱਕ ਕਰਕੇ ਬੰਦ ਹੁੰਦੀ ਹੈ। ਅੱਛਾ, ਉਵੇਂ ਉਵੇਂ ਲਾਈਟ ਹੈ ਇੱਕ ਜਾਨੀ ਕਿ ਜਿਹੜਾ ਇੰਡੀਕੇਟਰ ਹੈ ਇੱਕ ਕਰਕੇ ਘੱਟਦਾ ਜਾਊ? ਹਾਂ, ਘੱਟਦਾ ਜਾਊ। ਠੀਕ ਹੈ, ਜੇ ਮੰਨ ਕੇ ਚੱਲ ਵੀ ਇੰਡੀਕੇਟਰ 1 ਰਹਿ ਗਿਆ ਤਾਂ ਉਦੋਂ ਕਿੰਨੀ ਕੁ ਵਾਟ ਕੱਢ ਜਾਂਦਾ ਹੈ? ਉਦੋਂ ਵੀਰੇ ਇਹ 10 ਤੋਂ 12 15 ਕਿਲੋਮੀਟਰ ਤੱਕ। 10 ਤੋਂ 12 ਮਤਲਬ 10 ਕਿਲੋਮੀਟਰ? ਇੱਕ ਟੱਕ 8 ਤੋਂ 10 ਕਿਲੋਮੀਟਰ ਲੈ ਲੈਂਦਾ ਬੰਦਾ ਆਰਾਮ ਨਾਲ। ਠੀਕ ਹੈ ਠੀਕ ਹੈ। ਜੇ ਜਾਂ ਡਾਊਨ ਤੇ ਆ ਜਿਹੜਾ ਸਵਿੱਚ ਹਾਰਨ ਲਾ ਰੱਖਿਆ ਦੇ, ਇਹ ਹਾਰਨ ਲਾ ਰਿਹਾ। ਅੱਛਾ, ਹਾਰਨ ਦੇ ਵਿੱਚ ਹੀ ਆਉਂਦਾ ਹੁਣ? ਹਾਂ, ਵਿੱਚ ਹੀ ਆਉਂਦਾ ਰਿਹਾ। ਠੀਕ ਹੈ ਜੀ।
हाँ भाई बहुत सोहना साइकिल बनया बैटरी से चलन वाला, तो पेट्रोल का कोई खर्चा नहीं, पेट्रोल बहुत महंगा हो गया, तो इस करके बैटरी से चलन वाला साइकिल जो किसी ने तैयार करना हो बाज सिंह मिस्त्री है, इसकी दुकान संगतपुरे है, तो बाघा पुराने तो 10 किलोमीटर की दूरी पर जिला मोगा, तो मोबाइल नंबर अपना स्क्रीन पर चलाया हुआ, बाकी कोई भी दिहाड़ीदार बंदा तो वह मिस्त्री बाज सिंह ने कहा कि भी मैं बिल्कुल फ्री फिटिंग करके दूंगा, समान आपके को अगला लिया के दे, कोई पैसा लेबर का नहीं रहूँगा, तो बाकी असी हूँ तुम चला के खोने हैं, अब हम चलता मोटर से, उस तो बाद असी पैडलों से चेक करांगे, नाल पैडल भी चलते हैं, आ हम थोड़े सामने देखो, उस तो बाद असी हम पैडल मारांगे, ब्रेक लाते रोकता हम पैडल आई चेक करो, बहुत वधिया, जे बैटरी मुक जू तो कोई चक्कर वाली गल नहीं, रोड़ के नहीं घर लिया पैंदा, आप बैटरी तो नहीं था फिर पैडल आ लो, पैडलों से चल पे, पैडलों से भी उन्ना वधिया चलता, बहुत वधिया चीज़ है जी, तो शेयर करो, सपोर्ट करो, तो साढ़े चैनल सबसक्राइब करो।